ਇਹ ਤਸਵੀਰਾਂ ਤਾਂ ਤੁਸੀਂ ਪਹਿਚਾਣ ਹੀ ਲਈਆਂ ਹੋਣੀਆਂ ਨੇ। ਜੇ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਕਿ ਇਹ ਵਿਕਰਮ ਮਲੋਟ ਹੈ ਅਤੇ ਇਹ ਸੱਪ ਫੜਨ ਵਿੱਚ ਮਸ਼ਹੂਰ ਸੀ। ਖਾਸ ਕਰਕੇ ਕੋਬਰਾ ਸੱਪ ਫੜਨ ਵਿੱਚ ਇਹਨਾਂ ਦਾ ਨਾਮ ਬਹੁਤ ਹੀ ਮਸ਼ਹੂਰ ਸੀ। ਜਿਨ੍ਹਾਂ ਕਾਰਨਾਂ ਕਰਕੇ ਵਿਕਰਮ ਦਾ ਨਾਮ ਮਸ਼ਹੂਰ ਹੋਇਆ ਉਹਨਾਂ ਕਾਰਨਾਂ ਕਾਰਨ ਹੀ ਵਿਕਰਮ ਦੀ ਮੌਤ ਹੋਈ ਸੀ। ਅਤੇ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਵਿਕਰਮ ਦੇ ਪਿਤਾ ਵੀ ਸੱਪ ਫੜਦੇ ਹੋਏ ਨਜ਼ਰ ਆ ਰਹੇ ਨੇ। ਵਿਕਰਮ ਦੇ ਪਿਤਾ ਨੇ ਇੱਕ ਵੀਡੀਓ ਵਿਕਰਮ ਦੇ ਹੀ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਸੱਪ ਫੜਨ ਅਤੇ ਸੱਪ ਦੇ ਕੱਟੇ ਜਾਣ ਤੋਂ ਬਾਅਦ ਦਾ ਇਲਾਜ ਵੀ ਦੱਸ ਰਹੇ ਨੇ। ਦੱਸ ਦਈਏ ਕਿ ਵਿਕਰਮ ਦੇ ਗੁਰੂ ਵੀ ਉਹਨਾਂ ਦੇ ਪਿਤਾ ਹੀ ਰਹੇ ਸਨ। ਔਰ ਜੇ ਸੱਪ ਪਕੜ ਕੇ ਲਾਏ ਆਪਾਂ, ਸੁਬਹਾ ਕਾਲੇ ਰੰਗ ਦਾ ਸੱਪ ਹੈ, ਜੇ ਸੁਬਹਾ ਪਕੜ ਕੇ ਲਾਏ ਥੇ, ਇਹ ਦੇਖੀ ਕਾਲੇ ਰੰਗ ਕਾ ਯੇ ਸਾਪ ਹੈ, ਕੋਬਰਾ ਸਾਪ ਕਹਿਤੇ ਇਸਕੋ। ਔਰ ਬਹੁਤ ਸੇ ਭਾਈਓ ਮੇਰੇ ਕੋ ਜਾਣਤੇ ਵੀ ਹੈ, ਲੇਕਿਨ ਕਈ ਭਾਈ ਮੇਰੇ ਕੋ ਨਹੀਂ ਜਾਣਤੇ। ਮੈਂ ਵਿਕਰਮ ਮਲੋਟ ਕਾ ਫਾਦਰ ਹੂੰ, ਵਿਕਰਮ ਮਲੋਟ ਕਾ ਫਾਦਰ ਹੂੰ ਮੈਂ, ਕਿਉਂਕਿ ਮੈਨੇ ਆਪਸੇ ਪ੍ਰੋਮਿਸ ਕੀਆ ਥਾ, ਮੈਨੇ ਤੋ ਵੈਸੇ ਸਾਪ ਪਕੜਨੇ ਬੰਦ ਕਰ ਦੀਏ ਥੇ ਜਬ ਵਿਕਰਮ ਚਲਾ ਗਿਆ ਥਾ ਮੇਰੇ ਕੋ ਛੁੱਟ ਕੇ, ਲੇਕਿਨ ਉਸਕੀ ਯਾਦ ਕੇ ਲੀਏ, ਉਸਕੀ ਮਨ ਕੀ ਤਮੰਨਾ ਕੇ ਲੀਏ ਮੈਨੇ ਜੇ ਦੁਬਾਰਾ ਸਾਪ ਪਕੜਨੇ ਚਾਲੂ ਕੀਏ ਹੈ। ਔਰ ਜਬ ਵੀ ਸਾਪ ਪਕੜਤਾ ਹੂੰ ਆਪਕੋ ਲੈਬ ਵੀ ਦਿਖਾਤਾ ਹੂੰ, ਔਰ ਜਬ ਸਾਪ ਕੋ ਛੋੜਨੇ ਜਾਤਾ ਹੂੰ ਫਿਰ ਵੀ ਮੈਂ ਆਪਕੋ ਦਿਖਾਤਾ ਹੂੰ। ਲੇਕਿਨ ਆਜ ਮੇਰੇ ਸਾਥ ਜੇ ਲੜਕਾ ਜੋ ਮੂਵੀ ਬਣਾਤਾ ਵੋ ਮੇਰੇ ਸਾਥ ਨਹੀਂ ਥਾ, ਫਿਰ ਮੇਰੇ ਕੋ ਸੁਬਹ ਜਾਣਾ ਪੜਾ। ਔਰ ਜੇ ਮੈਂ ਦੋ ਸਾਪ ਪਕੜ ਕੇ ਲਾਇਆ ਹੂੰ, ਦੂਸਰਾ ਸਾਪ ਵੀ ਆਪਕੋ ਦਿਖਾਤਾ ਹੂੰ, ਇਸਕੋ ਕੋਬਰਾ ਸਾਪ ਕਹਿਤੇ ਹੈ, ਕਾਲਾ ਨਾਗ ਵੀ ਕਹਿ ਦਿੱਤੇ ਹੈ, ਕੋਬਰਾ ਸਾਪ ਵੀ ਕਹਿ ਦਿੱਤੇ ਹੈ। ਇਹ ਹਮਾਰੇ ਪੰਜਾਬ ਕੇ ਅੰਦਰ ਸੀ, ਇਹ ਸਾਪ ਬਹੁਤ ਜ਼ਿਆਦਾ ਹੋਤੇ ਹੈ। ਲੇਕਿਨ ਆਪਕੋ ਮਾਲੂਮ ਹੈ ਹਮ ਕੋਈ ਛੋਟੀ ਜਿਹਾ ਇਸਤੇਮਾਲ ਨਹੀਂ ਕਰਤੇ, ਔਰ ਕਿਸੀ ਔਰ ਵੀ ਲਾਠੀ ਦਾ ਇਸਤੇਮਾਲ ਨਹੀਂ ਕਰਤੇ ਹਮ। ਔਰ ਸਭੀ ਭਾਈਓ ਕੋ ਮੇਰੀ ਬੇਨਤੀ ਹੈ, ਮੇਰੀ ਨਕਲ ਨਹੀਂ ਕਰਨੀ, ਕਿਉਂਕਿ ਵਿਕਰਮ ਜੋ ਮੇਰਾ ਬੇਟਾ ਥਾ ਉਹ ਵੀ ਇਹੀ ਬਾਤ ਕਹਿਤਾ ਥਾ, ਮੇਰੀ ਨਕਲ ਨਹੀਂ ਕਰਨੀ। ਤੋ ਆਪਣਾ ਆਪਣਾ ਤਜਰਬਾ ਹੋਤਾ ਸਾਪ ਪਕੜਨੇ ਕਾ, ਆਪਣੇ ਜੈਸੇ ਮੈਂ ਸਾਪ ਪਕੜਦਾ ਹੂੰ ਆਪ ਐਸੇ ਸਾਪ ਨਹੀਂ ਪਕੜਨਾ। ਸਭੀ ਭਾਈਓ ਕੋ ਹਾਥ ਜੋੜ ਕੇ ਮੇਰੀ ਬੇਨਤੀ ਹੈ, ਜੈਸੇ ਹਮ ਸਾਪ ਪਕੜਤੇ ਹੈ ਐਸੇ ਸਾਪ ਨਹੀਂ ਪਕੜਨਾ ਆਪਣੇ, ਕਿਉਂਕਿ ਇਸੀ ਕੀ ਵਜ੍ਹਾ ਕੇ ਕਾਰਨ ਮੇਰਾ ਬੇਟਾ ਮੇਰੇ ਕੋਲ ਛੋੜ ਕੇ ਚਲਾ ਗਿਆ ਇਹ ਦੁਨੀਆ ਸੇ। ਔਰ ਬਹੁਤ ਭਾਈ ਮੇਰੇ ਕੋ ਫੋਨ ਕਰਤੇ ਹੈ, ਬਾਬਾ ਜੀ ਹਮਾਰੇ ਵਿਕਰਮ ਸੇ ਬਾਤ ਕਰਾਓ, ਲੇਕਿਨ ਉਸਕੋ ਆਪਕੋ ਮਾਲੂਮ ਨਹੀਂ ਹੈ ਉਸਕੀ ਜਿੱਤ ਕੋ 10 ਮਹੀਨੇ ਹੋ ਗਏ ਹਮ ਉਹ ਛੋੜ ਕੇ ਚਲਾ ਗਿਆ ਹੈ। ਔਰ ਅਬ ਮੈਂ ਜਿਤਨੇ ਵੀ ਸਾਪ ਪਕੜਤਾ ਹੂੰ ਉਸਕੀ ਯਾਦ ਮੈਂ ਪਕੜਤਾ ਹੂੰ, ਔਰ ਉਸਕੀ ਯਾਦ ਮੈਂ ਪਕੜ ਕੇ ਫਿਰ ਮੈਂ ਛੋੜਨੇ ਜਾਤਾ ਹੂੰ। ਜਬ ਵੀ ਕੋਈ ਗਾਂਵ ਕੇ ਅੰਦਰ ਪਿੰਡ ਕੇ ਅੰਦਰ ਸਾਪ ਨਿਕਲਤਾ ਮੇਰੇ ਕੋ ਫੋਨ ਕਰ ਦੋ, ਆਹ ਮੇਰਾ ਨੰਬਰ ਨੋਟ ਕਰ ਲਓ, 98-140-93-242। ਔਰ ਮੇਰੇ ਬੇਟੇ ਦਾ ਨੰਬਰ ਹੈ 98-140-73-064। ਆਪ ਜਬ ਵੀ ਫੋਨ ਕਰੋਗੇ ਮੈਂ ਆਪਕੇ ਪਾਸ ਪਹੁੰਚ ਜੂੰਗਾ, ਚਾਹੇ ਦਿਨ ਹੋ ਚਾਹੇ ਰਾਤ ਹੋ। ਸੱਪ ਦੇ ਕੱਟੇ ਜਾਣ ਤੇ ਆਪਣੇ ਆਪ ਨੂੰ ਬਚਾਉਣ ਲਈ ਕੀ ਨੁਸਖਾ ਅਪਣਾਉਣਾ ਚਾਹੀਦਾ ਹੈ ਉਹ ਵੀ ਵਿਕਰਮ ਦੇ ਪਿਤਾ ਵੀਡੀਓ ਵਿੱਚ ਦੱਸ ਰਹੇ ਨੇ। ਔਰ ਭਾਈ ਸਾਹਿਬ ਇੱਕ ਬਾਤ ਯਾਦ ਰੱਖੋ, ਜਹਾਂ ਪਰ ਸਾਪ ਲੜ ਜਾਤਾ ਹੈ
जब सांप कैसा कोबरा सांप लड़ गया, ये उंगल के ऊपर लड़ गया और यहाँ से रस्सी के साथ बांध दो, फिर इधर से बांध दो, फिर यहाँ से बांध दो, फिर यहाँ से बांध दो, वहां क्या है, ऐसे करके चीरा लगा देना है। कोई भी पास में चाकू हो, कर्द हो, कांच हो, ऐसे करके चीरा लगा देना है और उसके ऊपर थोड़ा सा नमक लगा के देखो। जब आप नमक लगाएंगे, अगर तो जलन बहुत ज्यादा होती है तो समझ लो कि सांप का जहर आदमी के अंदर गया नहीं है। और नमक को आप खा के भी देख सकते हैं, क्योंकि अगर सांप का जहर अंदर जाएगा आप नमक खाएंगे आप हमको पता नहीं लगेगा। ऐसे ही है, जहां पर सांप लड़ता है अगर वहां पर आप नमक लगा के देखेंगे, अगर तो नमक बहुत ज्यादा जलता है तो समझ लो कि सांप का जहर बिल्कुल ही नहीं गया अंदर। अगर नमक लगाने से जलन नहीं होती, बिल्कुल कुछ महसूस नहीं होता, तो ये बात समझ लो कि सांप का जहर बहुत ज्यादा अंदर चला गया। विक्रम के पिता वीडियो विच वार वार ये भी दस रहे ने कि वह ये काम अपने बच्चे नूं अपने नज़दीक समझन लई करदे ने अते उसकी याद विच सब फड़दे ने, पर बाकियां नूं इस काम विच हथ ना पाउण दी भी सलाह दित्ती जा रही है। विक्रम के पिता ने सप फड़न अते उसके कट्टे जाण दा इलाज भी दस्या। डेली पोस्ट भी सब नूं यही कह रहा है कि अजिहा काम विच हथ ना पाया जावे, किसी एक्सपर्ट नूं जरूर बुलाओ अते सप दे कट्टण ते डाक्टर कोल इलाज करवाउणा जरूरी है। ब्यूरो रिपोर्ट, डेली पोस्ट, पंजाबी। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂ ਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।